माशाल्लाह जनाब सैयद इंतजार मेहदी शाह साहब और इनके बाद खतीबे आले मोहम्मद जनाबे अलामा मौला सदा हुसैन दमिश्की साहब बहावलपुर और लंगर का वक्फा बराए जुलू 21 अक्टूबर इसी मकाम पर बहुत बड़ी मजलिसे अदा सैयद कैसर बादशाह साहब के जेरे तमाम सैयद इकबाल हुसैन शाह बज्जार सैयद जुरियत इमरान शिरानी श्री नजमुल हसन शिरानी मलिक अली रजा खोखर श्री मुर्तजा आशिक रोटिया वाला और दीगर जाकिर के ता फरमाया 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 नारे तकबीर बाबा से बुलंद नारे रिसालत नारे हैदरी खुशनुदिया इमाम जमाना बुलंदर सलावत माशाल्लाह ला हौला वला कुव्वता इल्ला बिल्लाह हलालियल अज़ीम औज़ु बिल्लाहि मिनश शैतानिर रजीम बिस्मिल्लाहि रहमानिर रहीम बुलंद सलावात As-salatu wa salamu ala Sayyidatil Jaleelatil Makhdumatil Mehruma Wa ana haqqi mirasi abiyaha Sayyidatil Nisa'il Aulameen Salawat ਇਹ ਜ਼ੁਲਮ ਸਿਤਮ ਦੀ ਨਗਰੀ ਵਿੱਚ ਥੀਵੇ ਜਿਤਨਾ ਜ਼ੁਲਮ ਸ਼ਦੀਦ ਮੇਰੇ ਵੀਰ ਹੁਸੈਨ ਕੋ ਵੋ ਕਰ ਛੋੜਨਾ ਸਜਦੇ ਵਿੱਚ ਲੋਗ ਸ਼ਹੀਦ ਬੀਬੀ ਰੋ ਰੋ ਕੇ ਪੁੱਤਰਾ ਗੁਆਦੀ ਬੇਟੀ ਉਹ ਹੁਜਾ ਤੇ ਖਾਲਿਕ ਤੁਸਾਂ ਪੁੱਤਰ ਹਿਵੇ ਉਜੜੀ ਦੇ ਉਹ ਤੁਸਾਖਰੀ ਸਾਹਤੇ ਵਿਰਣ ਦੇ ਵਿੱਚ ਕਦਮਾ ਰੱਖਣੀਏ ਦੀਦੇ ਬੀਬੀਆਂ ਦੀ ਮੇਰੇ ਆਉਲ ਮੁਹੰਮਦ ਅਗਰ ਤੁਸਾਂ ਚਾਹਦੇ ਵੇ ਜੋ ਤੁਹਾਡੇ ਆਪਣੇ ਤੁਹਾਡਾ ਬੋਸਾ ਗਿੰਦੇ ਮੈਂ ਅਲੀ ਦੀਦੀਆਂ ਸਦੀ ਕਮਾ ਦੀ ਬਛੜੀਆਂ ਮੈਂ ਚਾਚਾ ਮੇਰਾ ਦਾ ਜਨਮ ਕਰਕੇ ਵਾਪਸ ਮਿਆਸਾ ਸਭ ਤੋਂ ਪਹਿਲੇ ਤੁਹਾਡੇ ਕਬਰਾਂ ਦੀ ਮਿੱਟੀ ਦੇ ਆਵੋ ਸਿੰਘਸਾ ਤੁਸਾਂ ਵਫਾ ਕਰਨੀ ਹੈ ਬੀਬੀਆਂ ਦੀ ਮੇਰੇ ਕੁਝ ਸ਼ਰਤਾਂ ਸ਼ਹਿਜ਼ਾਦਿਆਂ ਦੇ ਨਾਮ ਹੁਕਮਕਾਰ ਬੀਬੀਆਂ ਦੀ ਮੇਰੀ ਪਹਿਲੀ ਸ਼ਰਤ ਤੁਸਾਂ ਅਕਬਰ ਦੀ ਜਾਗੀਰ ਦੇ ਅੰਦਰੋਂ ਨਹੀਂ ਲਾਣਾ ਅਕਬਰ ਦੀ ਜਾਗੀਰ ਦੇ ਬਾਹਰੋਂ ਲਵੇ ਉਹ ਹੁਸੈਨ ਨਾ ਕੇ ਜੋ ਤੇਰੀ ਹਾਰ ਦੇ ਕੇ ਬਚੜੇ ਕਰ ਭਲਾ ਸਵਾ ਗਈ
ਮਤਾ ਕਲ ਕੋ ਕੋਈ ਆ ਕੇ ਹੱਥ ਲੈ ਕੇ ਆਪਣੇ ਪੂਰੇ ਨਸਲ ਸਮਾ ਗਈ ਮੂੰਹ ਲਿਆ ਦਿਨ ਸਦਾ ਦੇ ਅੰਮਾ ਅਸਾਂ ਤੇਰੇ ਪੁੱਤਰ ਅਗਰ ਹੁਕਮ ਦੇਵੇ ਅਸਾਂ ਜਫ ਦੇ ਬਹਿਰ ਵੱਲ ਲਾਸੋ ਅਸਾਂ ਜਾ ਫਿਰ ਤਿਆਰ ਦੇ ਪੁੱਤਰੇ ਆਏ ਅਲੀ ਦੇ ਨਵਾਸੇ ਆਏ ਅੰਮਾ ਤੇਰੇ ਹੁਕਮ ਦੀ ਤਾਮੀਲ ਕਰੇ ਸੋ ਜਨਾਬ ਮੁਹੰਮਦ ਆਦਨ ਅੰਮਾ ਦੂਜਾ ਹੁਕਮ ਬੀਬੀ ਆਲੀਏ ਕੋਈ ਨਾ ਦੱਸੇ ਜੋ ਆਲੀਆ ਦੇ ਪੁੱਤਰਾ ਪਾਣੀ ਤੋਂ ਡਿੱਟਾ ਆਦਨ ਪਾਣੀ ਤੋਂ ਨਾ ਲਿਖਾਏ ਮੇਰੇ ਖੀਰ ਦੀ ਲੱਜ ਰਖਾਏ ਮਾਨ ਚੁੱਪ ਕਰਕੇ ਖੜਾ ਲੈ ਧਾਰੀ ਆਏ ਮੁਹੰਮਦ ਦੀ ਆਵਾਜ਼ ਆਨੀ ਅੰਮਾ ਤੂੰ ਦੇਖਣ ਦਾ ਦੀ ਅਸਾਂ ਪਾਣੀ ਦਾ ਸੁੱਚੇ ਸੋਇਨਾ ਨੌ ਲੱਖ ਤੋਂ ਤੁਸਾਂ ਨਹੀਂ ਘਬਰਾਣਾ ਮੇਰੇ ਲਾਲ ਨੌ ਲੱਖ ਫੌਜ ਤੁਸਾਂ ਫੌਜ ਤੋਂ ਨਹੀਂ ਘਬਰਾਣਾ ਮਤਾਂ ਸਮਝੋ ਤੁਸਾਂ ਇਕੱਲੇ ਹੀ ਵੇ ਮੈਂ ਤੂੰ ਆਗੋ ਦੱਸਣਾ ਚਾਹੁੰਦੀ ਹਾਂ ਜਿਹੜੀ ਜਾਤ ਲਾਸੋ ਉਤਾਈ ਨਾਨਾ ਨਬੀ ਆਸੀ ਤੁਸੀ ਕੌਸਰ ਦੇ ਜਾਮ ਚਈ ਵਧੇ ਹੁਸੈਨ ਮੇਰੇ ਬੱਚੜੇ ਵਾਦਾ ਕਰੇ ਖੈ ਅਸਾਂ ਪਾਣੀ ਨਹੀਂ ਪੀਂਦੇ ਅਜਾ ਲਈ ਅਸਗਰ ਦੱਸੇ ਅਜਾ ਸੈਣ ਬਸੋ ਮਾ ਦੱਸੀਏ ਅਜਾ ਸਾਡਾ ਮਾਮਾ ਦੱਸੇ ਹੁਣ ਅਸਾਂ ਪਾਣੀ ਕਿਵੇਂ ਪੀਵੋ ਅਜਾ ਸਾਡੀ ਮਾਂ ਦੱਸੀਏ ਅਸਾਂ ਵਾਦਾ ਕਰਦੇ ਅੰਮਾ ਜੇ ਤਈ ਸਾਡਾ ਮਾਮਾ ਹੁਸੈਨ ਪਾਣੀ ਨਾ ਪੀਸੀ ਅੰਮਾ ਜੇ ਤਈ ਤਾਂ ਤੂੰ ਪਾਣੀ ਨਾ ਪੀਸੇ ਅਸਾਂ ਵਾਦਾ ਕਰਦੇ ਅਸਾਂ ਪਾਣੀ ਨਾ ਪੀਸੋ ਅੰਮਾ ਤੇਰੀ ਆਖਰੀ ਵਸੀਅਤ ਕਿਆ ਹੈ ਬੀਬੀ ਰੋ ਕੇ ਆਦੀ ਦੇ ਦੇਖਣੇ ਉਹ ਫਜਰੀ ਦੇ ਜਿਹੜਾ ਵੇਦਾ ਵਾਪਸ ਵੱਲ ਨਹੀਂ ਆਉਂਦਾ ਤੁਹਾਡਾ ਮਾਮਾ ਲਾਸ਼ਾਂ ਚਾਚਾ ਥੱਕ ਵੀ ਹੈ ਪੁੱਤਰੇ ਦੇ ਅੱਗੋਂ ਹੱਥ ਬੱਧ ਕੇ ਮਿੰਨਤ ਕਰਕੇ ਆਉਂਦੀ ਹੈ ਮੇਰੇ ਲਾਲ ਜਿਹੜਾ ਹੀ ਵੇਦਾ ਹਰ ਕੋਈ ਤੁਹਾਡੇ ਮਾਮੇ ਨੂੰ ਸਦਦਾ ਹੈ ਮਾਂ ਤੇ ਮਿੰਨਤ ਲਾਏ ਮਾਮੇ ਨੂੰ ਨੱਸਦਾ ਹੈ ਚਿੰਤਾ ਲਏ ਸਮਝ ਕੇ ਲੈ ਪੋਏ ਬੀਬੀ ਆਪਣੀ ਜੋੜੀ ਕੋ ਬਜਲੋ ਮੈਂ ਘਰ ਬਣਾ ਦੋਗੇ ਨਹੀਂ ਆਦੇ ਹੁਸੈਨ ਮੇਰੇ ਪੁੱਤਰਾ ਕੋਈ ਇਜਾਜ਼ਤ ਦੇ ਗਾਜ਼ੀ ਮੇਰੇ ਪੁੱਤਰਾ ਦੇ ਸਿਰ ਤੇ ਹੱਥ ਰੱਖ ਜਾ ਦੁਆ ਕਰ ਮੈਂ ਮੈਦਾਨ ਤੋਂ ਬਚੜੇ ਟੁਰੇ ਨਹੀਂ ਆ ਤਾਈ ਪਿਆ ਦਾ ਪੜ ਇੰਨਾ ਮੁਕਾਬਲਾ ਕੀਤਾ ਹੈ ਨੌ ਮੇਲ ਦੌੜੋ ਮਰ ਸਾਲ ਦਾ ਖੈਮਾ ਖੈਮੇ ਦੇ ਵਿੱਚ ਆ ਕੇ ਆਦਨ ਦਾ ਸੁਖਮੀਨਾ ਤੈ ਕਿਵੇਂ ਸਾਡੇ ਮਾਮੇ ਦੇ ਅੱਗੋਂ ਪਈਆ ਦਨਾ ਚਾਹਤਾ ਹੈ ਉਹ ਵੇਲੇ ਉਮਰ ਸਾਲ ਜਲਦੀ ਦੇ ਨਾਲ ਖੈਮੇ
ਦੁਨੀਆਂ ਦੇ ਬਾਹਰ ਗਿਆ ਆ, ਜਿੰਨਾ ਤੋਂ ਮੁਖਾਤਬ ਕਰਕੇ ਆਦਾ ਤੁਹਾਨੇ ਤੁਹਾਨੂੰ ਬਚਣੇ ਪੈਣੇ ਲਾਦੇ ਆ। ਇੱਕ ਦੀ ਉਮਰ 11 ਸਾਲ ਹੈ, ਬੇ ਦੀ ਉਮਰ 9 ਸਾਲ ਆ, ਜਦੋਂ ਉਮਰ ਸਾਲ ਐਲਾਨ ਕੀਤਾ ਹੈ 10,000 ਦਾ ਦਸਤਾ ਮੈਦਾਨ ਕਰਬਲਾ ਵਿੱਚ ਜੱਗ ਮਸਤ ਹੋ ਕੇ ਆਉਣ ਮੁਹੰਮਦ ਤੇ ਹਮਲਾ ਕੀਤਾ ਹੈ। ਜਦੋਂ ਹਮਲਾ ਕਰਨ ਦੀ ਵਾਰੀ ਆਈ ਹੈ ਉਹਨੇ ਉਮਰ ਸਾਦ ਨਹੀਂ ਨੇ ਜਨਾਬ ਮੁਹੰਮਦ ਸੀਨੇ ਚ ਨੇਜ਼ਾ ਮਾਰਿਆ ਹੈ, ਸਿਰਫ ਨੇਜ਼ਾ ਨਹੀਂ ਮਾਰਿਆ, ਨੇਜ਼ਾ ਮਾਰ ਕੇ ਉਹਦੇ ਜਨਾਜ਼ੇ ਕੋ ਨੇਜ਼ੇ ਤੇ ਬੁਲੰਦ ਕੀਤਾ ਹੈ। ਜਦਾਂ ਇਹ ਮੰਜ਼ਰ ਗਰੀਬ ਕਰਬਲਾ ਨਿਟਾ ਹੈ, ਰੋ ਪਿਆ ਦੇ ਸਦਕੇ ਵਣਾ ਤੂੰ ਸਮਾਦ ਇੱਜ਼ਤ ਰੱਖੀਏ ਆ। ਅੱਜ ਅਬਦੁੱਲਾ ਦਾ ਕੋਨ, ਅੱਜ ਜਾਫਰ ਤਿਆਰ ਦਾ ਕੋਨ, ਮੰਨ ਗਿਆ ਦੁਆ ਕੋ ਔਰ ਜਦੋਂ ਲਾਂਦਾ ਕਰਬਲਾ ਦੀ ਜ਼ਮੀਨ ਦੇ ਬਾਹਰ ਲੱਤਾ ਹੈ ਲਾਰ ਦੇ ਵੇਲੇ ਜਰਵਲ ਇੱਕ ਲਹੀਨ ਨੇ ਸਮਾਰਿਆ ਹੈ, ਪਾਉਂਦ ਸੀਨੇ ਚ ਵਰਛ ਲੱਗੀ ਹੈ, ਇਹ ਲਹੀਨ ਔਰ ਤੋਂ ਚਾਵਣ ਦੀ ਕੋਸ਼ਿਸ਼ ਕੀਤੀ ਹੈ, ਪਾਉਂਦ ਲਾਸ਼ਾ ਚਾ ਨਹੀਂ ਸਕਿਆ, ਵਰਛ ਉਹਦੇ ਸੀਨੇ ਚ ਤਰੁੱਟ ਗਈ ਹੈ। ਵਰਜੀ ਦੇ ਤਰੁੱਟਣ ਦੇ ਬਾਅਦ ਜਨਾਬ ਆਉਣ ਸਲਾਮ ਕਰਕੇ ਆਦੇ ਅੰਮਾ ਮੈਂ ਲਹਦਾ ਪੀਆ, ਜਦਾ ਮਦਰੋਂ ਮੈਂ ਕਰਬਲਾ ਹੈ ਮੰਜ਼ਰ ਨਿਟਾਇਆ, ਜਲਦੀ ਦੇ ਨਾਲ ਦੌੜਿਆ ਬੇੜਾ ਦੇ ਕਿਤੇ ਪਿਆ ਵੇਦਾ ਹੈ, ਉਹਨੇ ਆਦੇ ਮੇਰੇ ਬਣੇ ਚ ਪਹਿਲਾਂ ਦੇਣਾ ਬੀਬੀ ਰੋ ਕੇ ਆਦੇ ਅੱਗੇ ਲਾਸ਼ਾ ਚਾਚਾ ਤੱਕ ਪੀਆ ਹੈ, ਹੁਣ ਪੁੱਤਰ ਮੇਰੇ ਤੋ ਚਾ ਨਹੀਂ ਆਦੀਏ ਜਿਵੇਂ ਲਏ ਕੋ ਤੋਂ ਹਬਸ਼ੀਰ ਸਮਾਇਆ।